ਇੱਕ ਸਰਵੇ ਰਿਪੋਰਟ ਆਈ ਹੈ ਸਾਹਮਣੇ ਉਹ ਸਰਵੇ ਰਿਪੋਰਟ ਦੇ ਵਿੱਚ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਜਿਹੜੇ 30 ਸ਼ਹਿਰ ਨੇ ਉਹਨਾਂ ਦੇ ਵਿੱਚੋਂ 22 ਕੱਲੇ ਭਾਰਤ ਦੇ ਨੇ ਹਾਂ ਸੋ ਜਿਹੜੇ ਵਿਕਾਸ ਦੀ ਤੁਸੀਂ ਗੱਲ ਕਰਦੇ ਹੋ ਕਿ ਦੁਨੀਆ ਭਰ ਦੇ ਵਿੱਚ ਭਾਰਤ ਨੂੰ ਨੰਬਰ ਬਣਾਉਣਾ ਉਹ ਕਰੋਨਾ 'ਚ ਵੀ ਨੰਬਰ 1 ਨੂੰ ਵੱਲ ਵਧ ਗਿਆ ਸੀਗਾ ਉਹ ਅਰਥਵਸਥਾ 'ਚ ਬੇੜਾਗਰ ਖੌਣ 'ਚ ਵੀ ਅਸੀਂ ਨੰਬਰ 1 ਆ ਹੁਣ ਇਸ ਸਮੇਂ ਸਾਡੀ ਜਿਵੇਂ ਪੈਸੇ ਦੀ ਦਰ ਦੀ ਉਹਦੀ ਕੀਮਤ ਗਿਰ ਰਹੀ ਹੈ ਅੰਤਰਰਾਸ਼ਟਰੀ ਬਾਜ਼ਾਰ ਤੇ ਪੱਧਰ ਤੇ ਜਿਵੇਂ ਅਸੀਂ ਲਗਾਤਾਰ ਅਰਥਵਸਥਾ ਸਾਡੀ ਕਮਜ਼ੋਰ ਹੁੰਦੀ ਜਾ ਰਹੀ ਆ ਜਿਵੇਂ ਦੇਸ਼ ਦੇ ਸਰਕਾਰ ਖਿਲਾਫ ਵਿਰੋਸਾ ਹੈ ਉਹਨਾਂ ਸਾਰੇ ਮਾਮਲਿਆਂ 'ਚ ਅਸੀਂ ਨੰਬਰ 1 ਬਣਦੇ ਜਾ ਰਹੇ ਆ ਪਰ ਆ ਪ੍ਰਦੂਸ਼ਣ ਦੇ ਮਾਮਲੇ 'ਚ ਵੀ ਹੁਣ ਅਸੀਂ ਨੰਬਰ 1 ਬਣੇ ਗਏ ਆ ਦੁਨੀਆ ਦੇ 30 ਪ੍ਰਮੁੱਖ ਪਰ ਦੂਸ਼ਿਤ ਸ਼ਹਿਰ ਜਿਹੜੇ ਸਭ ਤੋਂ ਮੋਰੀ ਸ਼ਹਿਰ ਨੇ ਉਹਨਾਂ ਦੇ ਵਿੱਚ 22 ਸ਼ਹਿਰ ਭਾਰਤ ਦੇ ਨੇ ਤੇ ਉਹਦੇ ਵਿੱਚੋਂ ਨੰਬਰ ਫਿਰ ਮੋਦੀ ਜੀ ਯੂਰਿਓ ਲੈ ਕੇ ਗਏ ਨੇ ਮੋਦੀ ਜੀ ਹੋਰਾਂ ਦੀ ਪਾਰਟੀ ਦੀ ਸਰਕਾਰ ਯੂਪੀ ਚ ਤੇ ਯੂਪੀ ਦੇ 10 ਸ਼ਹਿਰ ਇਸ ਦੀ ਸੂਚੀ 'ਚ ਨੇ ਤੇ ਦੂਏ ਨੰਬਰ ਤੇ ਮੋਦੀ ਜੀ ਦੀ ਪਾਰਟੀ ਦੀ ਉਹ ਸਰਕਾਰ ਹਰਿਆਣਾ 'ਚ ਆ ਤੇ ਦੂਏ ਨੰਬਰ ਤੇ ਹਰਿਆਣਾ ਦੇ ਸ਼ਹਿਰ ਨੇ ਸੋ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਜੇਕਰ ਕੋਈ ਰਾਜਸਤਾਨੀਆਂ ਤਾਂ ਉਹ ਭਾਰਤ ਦੀ ਰਾਜਸਤਾਨੀਆਂ ਦਿੱਲੀ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀਆਂ ਦੇ ਵਿੱਚੋਂ ਨੰਬਰ 1 ਪ੍ਰਦੂਸ਼ਿਤ ਰਾਜਧਾਨੀ ਉਹ ਹੈ ਜਿੱਥੇ ਨਰਿੰਦਰ ਮੋਦੀ ਜੀ ਰਾਜ ਕਰਦੇ ਨੇ ਸੋ ਦਿੱਲੀ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਇੱਕ ਤਾਂ ਆ ਖਿਤਾਬ ਹਾਸਲ ਕਰ ਲਿਆ ਫਿਰ 22 ਸ਼ਹਿਰ ਜਿਨ੍ਹਾਂ ਚ ਦਿੱਲੀ ਵੀ ਆ ਗਿਆ ਯੂਪੀ ਦੇ 10 ਸ਼ਹਿਰ ਨੇ ਯੂਪੀ ਦੇ ਵਿੱਚ ਯੋਗੀ ਜੀ ਰਾਜ ਕਰਦੇ ਨੇ ਤੇ ਕਹਿੰਦੇ ਬਹੁਤ ਵਿਕਾਸ ਕਰਤਾ ਆ ਦੁਨੀਆ ਚ ਜਲੂਸ ਦੇਖ ਲੋ ਨੌਇਡਾ ਫਿਰ ਗ੍ਰੇਟਰ ਨੌਇਡਾ ਫਿਰ ਗਾਜ਼ੀਆਬਾਦ ਫਿਰ ਆਗਰਾ ਕਾਨਪੁਰ ਲਖਨਊ ਬੁਲੰਦਸ਼ਹਿਰ ਮੁਜੱਫਰਨਗਰ ਬਿਸਰਖ ਜਲਾਲਾਪੁਰ ਤੇ ਮੇਰਠ ਇਹ 10 ਸ਼ਹਿਰ ਕੱਲੇ ਯੂਪੀ ਦੇ ਨੇ ਤੇ ਇਸੇ ਤਰ੍ਹਾਂ ਹਰਿਆਣਾ ਦੇ 8 ਸ਼ਹਿਰ ਜਿਨ੍ਹਾਂ ਚ ਗੁੜਗਾਵਾ ਜਿਹਨੂੰ ਗੁਰੂਗ੍ਰਾਮ ਕਹਿੰਦੇ ਨੇ ਅੱਜਕੱਲ ਗੁੜਗਾਵਾ ਫਿਰ ਜਮਨਾ ਨਗਰ ਫਿਰ ਰੋहतक ਫਰੀਦাবাদ ਜੀਂਦ ਹਿਸਾਰ ਫਤਿਆਬਾਦ ਤੇ ਤਾਰੂਹੇੜਾ ਇਹ 8 ਸ਼ਹਿਰ ਹਰਿਆਣਾ ਦੇ ਨੇ ਸੋ 100 ਤੇ 8 ਇਹ 18 ਤੇ ਹੀ ਹੋਗੇ ਉਹ ਤੋਂ ਰਾਜਸਥਾਨ ਦੇ ਨੇ ਕੁਝ ਇੱਕ ਹੋਰ ਨੇ 22 ਸ਼ਹਿਰ ਭਾਰਤ ਦੇ ਨੇ 18 ਇਹ ਤੇ 19ਵਾਂ ਦਿੱਲੀ ਕਰਾਸਾਂ ਦਾ 20 ਤੇ ਦੋ ਹੋਰ ਨੇ ਮੇਰਾ ਖਿਆਲ ਨੰਬਰ 1 ਦੁਨੀਆ ਦਾ ਜਿਹੜਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ ਉਹ ਚੀਨ ਦਾ ਹੈ ਚੀਨ ਦਾ ਸੀਜੀਆਸ ਸੀਜਾਸ ਜਾਂ ਸੰਗਿਆਸ ਕੋਈ ਸ਼ਹਿਰ ਹੈ ਮੇਰਾ ਖਿਆਲ ਚੀਨ ਦਾ ਉਹ ਨੰਬਰ 1 ਪਰ 2 ਤੋਂ ਲੈ ਕੇ 10 ਤੱਕ ਭਾਰਤ ਦਾ ਕਬਜ਼ਾ ਸੋ 2 ਨੰਬਰ ਪਰ ਦੂਸ਼ਿਤ ਸ਼ਹਿਰ ਤੋਂ ਲੈ ਕੇ 10 ਨੰਬਰ ਦੇ ਪ੍ਰਦੂਸ਼ਿਤ ਸ਼ਹਿਰਾਂ ਤੱਕ ਲਗਾਤਾਰ ਅਸੀਂ ਹਾਂ ਫਿਰ ਆਉਂਦੇ ਆ ਬਾਕੀ ਸ਼ਹਿਰਾਂ ਦੀ ਭਾਰੀ ਹੋਰ ਦੇਸ਼ਾਂ ਦੇ ਤੇ 2 ਨੰਬਰ ਤੇ ਗਾਜ਼ੀਆਬਾਦ ਹੈ ਜੀ ਯੂਪੀ ਦਾ ਸੋ ਇਸ ਲਈ ਆ ਵਿਕਾਸ ਕਰਨ ਲਈ ਸਰਕਾਰਾਂ ਨਹੀਂ ਚੁਣੀਆਂ ਜਾਂਦੀਆਂ ਨਿਜੀਕਰਨ ਕਰਨ ਲਈ ਸਰਕਾਰਾਂ ਜੇਕਰ ਸਾਰੇ ਹੀ ادارے ਨਿਜੀਕਰਨ ਕਰਨੇ ਆ ਸਾਰੇ ਸ਼ਹਿਰਾਂ ਦਾ ਪੱਠਾ ਬਿਠਾਉਣਾ ਤੇ ਫਿਰ ਸਰਕਾਰ ਦੀ ਕੀ ਲੋੜ ਹੁੰਦੀ ਹੈ ਜੇ ਸਰਕਾਰੀ ادارے ਹੀ ਨਾ ਰਹਿ ਫਿਰ ਸਰਕਾਰ ਕੀ ਕਰਨੀ ਹੈ ਸੋ ਇਸ ਲਈ ਇਹ ਆਪਣਾ ਸਵਾਲ ਹੈ ਕਿ ਤੁਸੀਂ ਇੱਕ ਤਵਾਸਾ ਕਹਿ ਰਹੇ ਹੋ ਸਮਾਰਟ ਸਿਟੀ ਤੇ ਦੂਏ ਪਾਸੇ ਪਿੰਡਾਂ ਦੇ ਵਿੱਚ ਭੁੱਖਮਰੀ ਆ ਪਿੰਡਾਂ ਸਹੂਲਤਾਂ ਤੋਂ ਵਾਂਝੇ ਨੇ ਤੇ ਸ਼ਹਿਰਾਂ ਦੀ ਸਥਿਤੀ ਦੁਨੀਆ ਭਰ ਚ ਆ ਤਸਵੀਰ ਨਜ਼ਰ ਆ ਰਹੀ ਆ ਸੋ ਸਰਕਾਰ ਨੂੰ ਆਪਣਾ ਚਿਹਰਾ ਸ਼ੀਸ਼ੇ ਚ ਵੇਖ ਲੈਣਾ ਚਾਹੀਦਾ